ਸਤਿ ਸ਼੍ਰੀ ਅਕਾਲ ਦੋਸਤੋ। ਸੋ ਇੱਕ ਛੋਟੀ ਜਿਹੀ ਕਹਾਣੀ ਆ, ਕਸੂਰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਪਿੰਡੋਂ ਬਾਹਰ ਕੱਚੇ ਪਹੇ ਤੇ ਬੁਲਟ ਦੀ ਮੱਧਮ ਜੀ ਦੁੱਗ ਦੁੱਗ ਇੱਕਦਮ ਤੇਜ਼ ਹੋ ਕੇ ਕੋਲ ਆ ਕੇ ਰੁਕਦੀ ਆ। ਉਹਦੇ ਤੋਂ ਪੁੱਤਰ ਦਾ ਮੁੰਡਾ ਜੱਗੀ ਨੂੰ ਜੱਫੀ ਪਾ ਕੇ ਮਿਲਦਾ। ਕਿਵੇਂ ਝੋਟਿਆ? ਉਹਦੇ ਨਾਲ ਇੱਕ ਜਿਹੜਾ ਹੈਗਾ ਮੁੰਡਾ, ਉਹ ਬਿਲਕੁਲ ਜੱਗੀ ਦੇ ਲਈ ਅਣਪਛਾਤਿਆ, ਜਿਹਦਾ ਨਾਮ ਆ ਕਾਲਾ। ਅੱਛਾ, ਹੁਣ ਜੱਗੀ ਨੂੰ ਪੁੱਛਦਾ, ਆਪਣਾ ਰਾਦਾ ਪੱਕਾ ਬਾਈ? ਨਹੀਂ, ਜੇ ਕੱਚਾ ਹੁੰਦਾ ਤੈਨੂੰ ਮੈਂ ਡੋਕੇ ਲੈਣ ਨੂੰ ਬੁਲਾਉਣਾ ਸੀ। ਆ ਨਾਲ ਦੇ ਬਾਈ ਨੂੰ ਪੁੱਛ, ਆਈਫੋਨ ਚਲਾ ਲੈਂਦਾ? ਬਾਈ ਜੀ, ਉਂਗਲਾਂ ਦੇ ਪੂਟੇ ਹੁੰਦੇ ਆ ਆਈਫੋਨ ਤਾਂ, ਹੁਣ ਤੱਕ ਇਹਨਾਂ ਚ ਖੇਡਦੇ ਆ। ਪਲਾਨ ਦੱਸੋ ਤੁਸੀਂ। ਅੱਛਾ, ਪਲਾਨ ਇਹ ਆ, ਸਾਡੇ ਕੋਠੇ ਤੋਂ 2 ਫੁੱਟ ਉੱਚਾ ਨਾ ਨਾਲ ਦੇ ਘਰਦਿਆਂ ਦਾ ਬਾਥਰੂਮ ਦਾ ਰੋਸ਼ਨਦਾਨ ਆ, ਸ਼ੀਸ਼ਾ ਪਹਿਲਾਂ ਟੁੱਟਿਆ ਹੋਇਆ, ਤੇ ਤੇਰੇ ਲੁਕਣ ਲਈ ਉੱਥੇ ਇੱਕ ਪਾ ਦੀਆਂ ਛਟੀਆਂ ਨੇ। ਜਦੋਂ ਕੰਮ ਕਾਰ ਕਰਕੇ ਉਹਨਾਂ ਦੀ ਨੂੰਹ ਨਹਾਉਣ ਲਈ ਆਉਂਦੀ ਆ, ਬਸ ਤੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਵਟਸਐਪ ਦੇ ਗਰੁੱਪਾਂ ਦੇ ਵਿੱਚ ਪਾ ਦੇਣੀ ਆ। ਜੇ ਉਹ ਮੇਰੀ ਨਹੀਂ ਨਾ ਹੋ ਸਕੀ, ਹੁਣ ਸਾਰਿਆਂ ਦੀ ਕਰਕੇ ਦਿਖਾਉ, ਤੇ ਜੇ ਨਾ ਕੀਤਾ ਤਾਂ ਜੱਟ ਦਾ ਨਾਂ ਵੀ ਜੱਗੀ ਨਹੀਂ ਹੈ। ਹੋਇਆ ਇਹ ਕਿ ਨਾਲ ਦੀ ਗਵਾਂਢੀਆਂ ਦੀ ਜਿਹੜੀ ਨੂੰਹ ਸੀ ਉਹਦੇ ਤੇ ਮੈਲੀ ਅੱਖ ਰੱਖਦਾ ਸੀਗਾ। ਇੱਕ ਦਿਨ ਕੱਲੀ ਨੂੰ ਦੇਖ ਕੇ ਉਹ ਸਾਗ ਚੀਰਦੀ ਸੀ, ਜੱਗੀ ਘਰੇ ਜਾ ਵੜਿਆ ਤੇ ਉਹਦੀ ਬਾਂਹ ਫੜ ਲਈ। ਉਹਨੇ ਲੈਂਦੀ ਨੇ ਦਾਤੀ ਮਾਰੀ, ਗਿੱਟੇ ਦੇ ਵਿੱਚੋਂ ਲੋਹ ਨਿਕਲਦਾ ਹੂ ਹੂ ਕਰਦਾ ਬਾਹਰ ਨੂੰ ਨਿਕਲਦਾ, ਪਰ ਗੱਲ ਰੌਂਦ ਵਾਂਗੂ ਵੱਜਦੀ ਸੀ ਉਹਦੇ ਦਿਲ ਤੇ ਕਿ ਮੇਰੇ ਨਾਲ ਇਦਾਂ ਹੋਇਆ ਕਿਉਂ। ਤਿੰਨੇ ਜਣੇ ਹੱਥ ਮਿਲਾ ਕੇ ਇੱਕ ਦੂਸਰੇ ਨਾਲ ਬੁਲਟ ਤੇ ਪਿੰਡ ਵੱਲ ਨੂੰ ਤੁਰ ਪੈਂਦੇ ਆ। ਜੱਗੀ ਦਰਵਾਜ਼ਿਆਂ ਦੇ ਵਿੱਚ ਖੜਾ, ਅਮਨਾ ਬੀਜ ਦੇ ਵਿੱਚ ਖੜਾ, ਤੇ ਕਾਲੇ ਨੂੰ ਉੱਪਰ ਰੋਸ਼ਨਦਾਨ ਦੇ ਵਿੱਚ ਚਾੜ ਦਿੱਤਾ ਜਾਂਦਾ, ਤੇ ਕਾਲਾ ਹੁਣ ਵੀਡੀਓ ਬਣਾਉਂਦਾ। ਓਏ ਹੋਏ ਹੋਏ ਹੋਏ, ਕੀ ਬਾਤ ਆ ਬਾਈ ਜੀ, ਇੰਨਾ ਰੂਪ, ਲਾਲ ਚੂੜਾ, ਓਏ ਹੋਏ, ਨਜ਼ਾਰਾ ਹੀ ਆ ਗਿਆ। ਇਹ ਆ ਲਓ ਪਾਤੀ ਵਟਸਐਪ ਦੇ ਗਰੁੱਪਾਂ ਦੇ ਵਿੱਚ ਬਾਈ ਜੀ। ਹੁਣ ਜੱਗੀ ਦੇ ਕੰਨਾਂ ਦੇ ਵਿੱਚ ਜਦੋਂ ਪੈਂਦੀ ਹੈ ਲਾਲ ਚੂੜੇ ਦੀ ਆਵਾਜ਼, ਇੱਕਦਮ ਉਹਦੇ ਦਿਲ ਨੂੰ ਕੁਛ ਹੁੰਦਾ, ਭੱਜ ਕੇ ਜਾ ਕੇ ਆਪਣੇ ਘਰੇ ਵੜਦਾ, ਤੇ ਘਰੇ ਗਾਹਾਂ ਬੀਬੀ ਹਰਕੌਰ ਸਾਗ ਚੀਰਦੀ ਆ, ਜਾ ਕੇ ਪੁੱਛਦਾ, ਬੇਬੇ 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 ਬਾਪੂ ਤੇ ਇੰਦੀ ਕਿੱਥੇ ਆ? ਬੇ ਜਾ ਜੱਗੀ, ਤੂੰ ਤਾਂ ਇੱਧਰ ਨੂੰ ਤੁਰ ਗਿਆ ਬਾਹਰ ਨੂੰ, ਬਾਪੂ ਤੇਰਾ ਤਿਆਰ ਹੋਇਆ ਹੋਇਆ ਸੀ, ਜੰਟ ਦਾ ਫੋਨ ਆ ਗਿਆ ਵੀ ਅੱਜ ਨਾ ਆਇਓ, ਆ ਤੇਰਾ ਤਾਇਆ ਕਿਸ਼ਨਾ ਲੈ ਗਿਆ ਉਹਨੂੰ ਫੀਡ ਲੈਣ ਗਏ ਆ। ਇੰਦੀ ਕਿੱਥੇ ਆ ਬੇਬੇ? ਬੇ ਇੰਦੀ ਆ ਨਾਲ ਦੇ ਗਵਾਂਢੀਆਂ ਦੇ ਘਰੇ, ਸਵੇਰ ਦੀ ਮਸ਼ੀਨ ਢਾਈ ਬੈਠੀ ਹੈ, ਨਾਲੇ ਆਪਣਾ ਨਲਕਾ ਖਰਾਬ ਸੀ, ਕਹਿੰਦੀ ਬੇਬੇ ਮੈਂ ਉੱਧਰ ਹੀ ਨਾ ਆਇਆ। ਉਹਦੇ ਮੱਥੇ ਤੇ ਤਰੇਲੀ ਆਉਂਦੀ ਆ, ਇਕਦਮ ਘਰੋਂ ਇਕਦਮ ਬਾਹਰ ਵੱਲ ਨੂੰ ਭੱਜਦਾ, ਤੇ ਬਾਹਰੋਂ ਜਦੋਂ ਬੀਜ ਦੇ ਵਿੱਚ ਆਉਂਦਾ ਤੇ ਉਦੋਂ ਇੰਦੀ ਕੇਸੀ ਨਹਾ ਕੇ ਆਉਂਦੀ ਆ, ਤੇ ਵਿੱਚ ਵੱਜਦੀ ਆ ਉਹਦੇ, ਤੇ ਥੱਪੜ ਚੱਕਦਾ, ਤੂੰ ਉੱਥੇ ਕੀ ਕਰ? ਇੱਥੋਂ ਫੇਰ ਭੱਜਦਾ ਜਾ ਕੇ, ਓਏ ਓਏ ਨਾ, ਓਏ ਨਾ, ਵੀਡੀਓ ਨਾ ਪਾਏ, ਓਏ ਓਏ ਆਪਣੀ ਭੈਣ ਦੀ ਵੀਡੀਓ ਆ, ਓਏ ਆਪਣੀ ਭੈਣ ਦੀ ਵੀਡੀਓ ਆ, ਡਿਲੀਟ ਕਰ ਦਿਓ, ਡਿਲੀਟ ਕਰ ਦਿਓ, ਮੈਂ ਹੱਥ ਬੰਨਦਾ, ਮੈਂ ਹੱਥ ਜੋੜਦਾ, ਮੇਰੀ ਭੈਣ ਤੁਹਾਡੀ ਭੈਣ, ਜਾ ਕੇ ਉਹ ਅਮਨੇ ਦਾ ਗਲ ਫੜਨਾ, ਵੀਡੀਓ ਡਿਲੀਟ ਕਰ, ਵੀਡੀਓ ਡਿਲੀਟ ਕਰ ਦੇ ਯਾਰ, ਡਿਲੀਟ ਕਰ ਦੇ, ਮੇਰੀ ਭੈਣ ਤੇਰੀ ਭੈਣ ਆ ਯਾਰ। ਅਮਨਾ ਤੇ ਕਾਲਾ ਕੁਛ ਨੀ ਕਰ ਸਕਦੇ, ਉਹ ਕਹਿੰਦੇ ਬਾਈ ਸਾਡੇ ਬਸ ਦੀ ਗੱਲ ਯਾਰ, ਉਹ ਤਾਂ ਕਿਤੇ ਦੀ ਕਿਤੇ ਪਹੁੰਚ ਗਈ, ਨਾਲੇ ਐ ਕਹੇ ਤੋਂ ਕੋਈ ਡਿਲੀਟ ਕਰਦਾ, ਆਪਦਾ ਆਈਫੋਨ ਫੜ ਲਾ। ਇੰਨਾ ਕਹਿ ਕੇ ਉਹ ਵੀ ਪੱਤਰਾ ਵੱਜ ਜਾਂਦੇ ਆ, ਤੇ ਜੱਗੀ ਗਿੜਗਿੜਾਉਂਦਾ, ਮਿੰਨਤਾਂ ਕਰਦਾ, ਯਾਰ ਮੇਰੀ ਭੈਣ, ਤੁਹਾਡੀ ਭੈਣ ਯਾਰ, ਆਪਣੀ ਭੈਣ ਦੀ ਵੀਡੀਓ ਪਾਤੀ ਓਏ। ਕਹਿੰਦਾ ਹੋਇਆ ਬਾਹਰ ਖੇਤਾਂ ਵੱਲ ਨੂੰ ਚਲੇ ਜਾਂਦਾ। 3 ਘੰਟੇ ਬਾਅਦ ਜਦੋਂ ਵਾਪਸ ਮੁੜ ਕੇ ਆਉਂਦਾ ਤੇ ਘਰ ਦੇ ਮੂਹਰੇ ਜੱਗੀ ਦੇ, ਲੋਕਾਂ ਦੀ ਭੀੜ ਹੁੰਦੀ ਆ ਆਸੇ ਪਾਸੇ ਹਟਾਉਂਦਾ ਹੋਇਆ, ਜਦ ਅੰਦਰ ਜਾ ਕੇ ਦੇਖਦਾ ਗਿੱਠ ਲੰਮੀ ਧੌਣ ਵਾਲੀ ਜੱਗੀ ਦੀ ਭੈਣ ਦੀ ਲਾਸ਼ ਸਾਹਮਣੇ ਮੰਜੇ ਤੇ ਪਈ ਹੁੰਦੀ ਆ। ਬੇਬੇ 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 ਆ ਕੀ ਪਾਣਾ ਵਰਤ ਗਿਆ, ਬੇਬੇ ਆ ਕੀ ਪਾਣਾ ਵਰਤ ਗਿਆ, ਬੇਬੇ ਰੱਜ ਕੇ ਰੋਂਦੀ ਆ, ਰੱਜ ਕੇ ਰੋਂਦੀ ਆ, ਤੇ ਫਿਰ ਦੱਸਦੀ ਆ ਕਿ ਪਤਾ ਨੀ ਕੀ ਹੋਇਆ, ਤੂੰ ਬਾਹਰ ਚੱਲ ਗਿਆ, ਇਹ ਫੋਨ ਤੇ ਪ੍ਰਾਹੁਣੇ ਦੇ ਨਾਲ ਸੀ, 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਮਰੀਕਾ ਤੋਂ, ਤੇ ਉਹਨੂੰ ਇੰਨਾ ਹੀ ਕਹੀ ਜਾਂਦੀ ਸੀ ਕਿ ਮੇਰਾ ਕੋਈ ਕਸੂਰ ਨੀ, ਮੇਰੀ ਕੋਈ ਗਲਤੀ ਨੀ, ਮੇਰਾ ਕੋਈ ਕਸੂਰ ਨੀ। ਕਹਿੰਦੀ ਹੋਈ ਅੰਦਰ ਵੜੀ ਆ, ਤੇ ਅੰਦਰੋਂ ਆ ਲਾਸ਼ ਬਾਹਰ ਨਿਕਲੀ ਆ। ਪ੍ਰਾਹੁਣਾ ਚੰਗਾ ਭਲਾ ਸੀ, ਪਤਾ ਨੀ ਕੀ ਪਿੱਛੂ ਪਏ ਆ, ਪਤਾ ਨੀ ਕੀ ਹੋਇਆ, ਤੇ ਭੈਣ ਦੀ ਸਾਹਮਣੇ ਪਈ ਲਾਸ਼। ਜੱਗੀ ਚੀਕ ਮਾਰਨੀ ਚਾਹੁੰਦਾ ਪਰ ਚੀਕ ਵੀ ਨੀ ਮਾਰਦਾ, ਕਿਉਂਕਿ ਅੰਦਰ ਘਿਰਣਾ ਪੈ ਗਈ, ਸਵੈ ਘਿਰਣਾ ਦੇ ਵਿੱਚ ਘਿਰ ਗਿਆ, ਚੀਕ ਵੀ ਨੀ ਨਿਕਲਦੀ, ਤੇ ਸਾਹਮਣੇ ਪਈ ਭੈਣ ਦੀ ਲਾਸ਼ ਦੀਆਂ ਖੁੱਲੀਆਂ ਅੱਖਾਂ ਜੱਗੀ ਨੂੰ ਇਹ ਪੁੱਛ ਰਹੀਆਂ ਨੇ ਕਿ ਵੀਰਨਾ ਮੇਰਾ ਕੀ ਕਸੂਰ ਸੀ, ਵੀਰਨਾ
ਮੇਰਾ ਕੀ ਕਸੂਰ ਸੀ ਵੀਰ। ਸੋ ਦੋਸਤੋ ਅੱਜ ਦੀ ਇਹ ਸਟੋਰੀ ਆ, ਜਦੋਂ ਵੀ ਕੁਛ ਤੁਸੀਂ ਪੋਸਟ ਕਰਨਾ ਹੋਵੇ, ਜਦੋਂ ਵੀ ਕੁਛ ਪਾਉਣਾ ਹੋਵੇ, ਜਿਹਦੀ ਵੀਡੀਓ ਪਾਉਣੀ ਚਾਹੁੰਦੇ ਸੀ ਉਹ ਵੀ ਕਿਸੇ ਦੀ ਧੀ ਸੀ, ਉਹ ਵੀ ਕਿਸੇ ਦੀ ਭੈਣ ਸੀ, ਉਹ ਵੀ ਕਿਸੇ ਦੀ ਨੂੰਹ ਸੀ। ਸੋ ਜ਼ਰੂਰ ਕੁਛ ਸੋਚ ਕੇ ਸਾਨੂੰ ਵੀਡੀਓ ਪੋਸਟ ਕਰਨੀਆਂ ਚਾਹੀਦੀਆਂ ਨੇ ਜਦੋਂ ਵੀ ਕੁਛ ਪਾਉਂਦੇ ਹਾਂ। ਸਰ ਪੰਨੂ ਹੁਣਾਂ ਦੀ ਲਿਖੀ ਹੋਈ ਅੱਜ ਦੀ ਇਹ ਕਹਾਣੀ ਹੈ ਕਸੂਰ। ਚੰਗੀ ਲੱਗੇ, ਮੈਸੇਜ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ।